ਸੈਂਟਰ ਚੁਕਾਉਣ ਤੋਂ ਪਹਿਲਾਂ ਮੇਰੀ ਮੰਮੀ ਨੇ ਥਾਣੇ ਰਿਪੋਰਟਾਂ ਦਿੱਤੀਆਂ ਸੀਗੀਆਂ ਵੀ ਸਾਡਾ ਮੁੰਡਾ ਤੰਗ ਪਰੇਸ਼ਾਨ ਕਰਦਾ, ਨਸ਼ਾ ਕਰਦਾ ਵਾ। ਘਰੇ ਪੁਲਿਸ ਵੀ ਆਈ ਸੀ, ਸਾਡੇ 112 ਤੇ ਕੰਪਲੇਂਟ ਦਿੱਤੀ, ਸਿਟੀ 'ਚ ਗਰਾਊਂਡ ਕੰਪਲੇਂਟ ਦਿੱਤੀ। ਪੁਲਿਸ ਵਾਲੇ ਸਾਨੂੰ ਕਹਿੰਦੇ ਤੁਹਾਡਾ ਮੁੰਡਾ ਨਸ਼ਾ ਕਰਦਾ, ਮੇਰੀ ਮੰਮੀ ਨੂੰ ਕਹਿੰਦੇ ਅਸੀਂ ਨਹੀਂ ਕੁਛ ਕਰ ਸਕਦੇ, ਨਸ਼ੇ ਵਾਲੇ ਬੰਦੇ ਦਾ ਤੁਸੀਂ ਸੈਂਟਰ ਚੁਕਾ ਦਿਓ। ਪੁਲਿਸ ਨੇ ਸਾਡੀ ਕੋਈ ਬਾਹ ਨਹੀਂ ਫੜੀ, ਮੰਮੀ ਨੇ ਮੁੰਡਾ ਸੈਂਟਰ ਚੁਕਾ ਤਾ। ਜਦੋਂ ਮੁੰਡਾ ਸੈਂਟਰ ਚੁਕਾਇਆ, ਆ 15 ਕੁ ਦਿਨ ਹੀ ਹੋਏ ਇਹਨੂੰ ਰਿਹਾ, ਇਹਨੂੰ ਕੱਲ੍ਹ ਸਾਨੂੰ ਪਤਾ ਲੱਗਿਆ ਰਾਤ ਇਹ ਡੈੱਡ ਬੋਡੀ ਲੈ ਕੇ ਚਲੇ ਗਏ ਘਰੇ। ਘਰਦਿਆਂ ਨੇ ਡੈੱਡ ਬੋਡੀ ਨਹੀਂ ਲਈ, ਇਹ ਮੋੜ ਕੇ ਲੈ ਆਏ। ਪਹਿਲਾਂ ਖੜ੍ਹੇ ਰਹੇ ਉੱਥੇ ਪਰਦੇਸੀ ਢਾਬੇ 'ਤੇ ਬਹੁਤ ਟਾਈਮ, ਮੇਰੇ ਪਿੱਛੇ ਇੱਕ ਬ੍ਰਦਰ ਗਏ, ਕਜ਼ਨ। ਹੁਣ ਅਸੀਂ ਅੱਜ ਉਰੇ ਆਏ ਹਾਂ। ਮੁੰਡੇ ਦੇ ਵੀਰੇ ਤੁਸੀਂ ਦੇਖੋ ਪਿੱਛੇ ਬਹੁਤ ਨਿਸ਼ਾਨ, ਕੁੱਟ ਕੁੱਟ ਕੇ, ਕੋਈ ਜਾਨਵਰ ਨੂੰ ਵੀ ਆਏ ਨਹੀਂ ਕੁੱਟਦਾ, ਜਿਵੇਂ ਆਏ ਲਾਛਾਂ ਪਾਈਆਂ। ਅਤੇ ਫਿਰ ਜਿਹੜੇ ਸੈਂਟਰ ਦੇ ਮੁੰਡੇ ਅੰਦਰ 20-25 ਉਹ ਦੱਸਦੇ ਨੇ ਬਈ ਇਹਨੂੰ ਬਾਅਦ 'ਚੋਂ ਠੰਡੇ ਪਾਣੀ ਨਾਲ ਕੁੱਟ ਕੁੱਟ ਕੇ ਨਮਾਇਆ, ਲੰਬਾ ਪਾ ਪਾ ਕੇ ਕੁੱਟਿਆ, ਕੋਈ ਕੋਈ ਨਿੱਜੀ ਦੁਸ਼ਮਣੀ ਸੀ ਸੈਂਟਰ। ਹਾਂਜੀ, ਕੋਈ ਰਜਿਸਟਰ ਨਹੀਂ, ਕੋਈ ਰਜਿਸਟਰ ਨਹੀਂ ਹੈ, ਨਸ਼ਾ ਛੁਡਾਊ ਕੇਂਦਰ ਕੁਛ ਨਹੀਂ ਹੈ। ਠੀਕ ਹੈ, ਇਹ ਤਾਂ ਪਹਿਲਾਂ ਜਦੋਂ ਸਾਨੂੰ ਪਹਿਲਾਂ ਜਦੋਂ ਸਾਡੀ ਗੱਲ ਹੋਈ ਹੈ ਮੇਰੇ ਮਦਰ ਦੀ, ਉਦੋਂ ਕਹਿੰਦੇ ਸੀ ਲਾਇਸੈਂਸ 'ਤੇ ਹੈ ਸਾਰਾ ਕੁਛ। ਇੱਥੇ ਆ ਕੇ ਪਤਾ ਲੱਗਿਆ ਵੀ ਇਹ ਲਾਇਸੈਂਸ 'ਤੇ। ਕਿੰਨੀ ਉਮਰ ਹੈ ਬੱਚੇ ਦੀ? 27 ਸਾਲ ਦੀ ਉਮਰ ਹੈ ਵੀਰੇ, ਵਿਆਹ ਨੂੰ 6 ਮਹੀਨੇ ਹੋਏ ਆ ਮੁੰਡੇ ਦੀ ਹਲੇ। ਹਾਂਜੀ, ਕੱਲਾ ਇਸੇ ਨੂੰ ਨਹੀਂ ਕੁੱਟਿਆ ਜੀ, ਹੋਰ ਨੂੰ ਵੀ ਕੁੱਟਿਆ, ਹੋਰ ਵੀ ਬਹੁਤ ਕੁੱਟੇ ਹੋਏ ਅੰਦਰ ਅੰਦਰ ਤਾੜੇ ਹੋਏ। ਕੀ ਮੰਗ ਕੀ ਕਰੋਗੇ? ਅਸੀਂ ਮੰਗ ਕਰਦੇ ਹਾਂ ਵੀ ਜਿਹਨੇ ਇਹਨਾਂ ਨੂੰ ਮੇਰੇ ਬ੍ਰਦਰ ਨੂੰ ਮਾਰਿਆ ਆ ਕਾਤਲਾਂ ਨੂੰ, ਉਹਨਾਂ ਨੂੰ ਬਰਾਬਰ ਮਾਰਿਆ ਜਾਵੇ ਜਿਵੇਂ ਮੇਰੇ ਭਰਾ ਨੂੰ ਮਾਰਿਆ, ਤੜਫਾ ਤੜਫਾ ਕੇ ਉਵੇਂ ਹੀ ਮਾਰਿਆ ਜਾਵੇ। ਸਾਨੂੰ ਕਾਨੂੰਨ ਦਾ ਉਹ ਇਨਸਾਫ ਨਹੀਂ ਚਾਹੀਦਾ ਵੀ ਪਰਚਾ ਕੱਟੋ ਜੇਲ੍ਹ 'ਚ, ਪਰਚਾ ਕੱਟੋ ਜੇਲ੍ਹ 'ਚ, ਉਹ ਬੈਠਾ ਰੋਟੀਆਂ ਖਾਵੇ ਜੇਲ੍ਹ 'ਚ। ਹੁਣ ਸੈਂਟਰ ਵਾਲੇ ਕਿੱਥੇ ਹੈ? ਭੱਜ ਗਏ ਜੀ ਉਹ, ਚਲੇ ਗਏ। ਹਾਂਜੀ, ਉਹ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ, ਕਿਸ ਤਰ੍ਹਾਂ ਦਾ ਵਿਸ਼ਵਾਸ ਦਿੱਤਾ ਜਾਂਦਾ? ਉਹ ਸਾਨੂੰ ਕਹਿੰਦੇ ਜੀ ਪੋਸਟਮਾਰਟਮ ਕਰਾਵੋ, ਕੋਈ ਗੱਲ ਨਹੀਂ ਅਸੀਂ ਬੰਦੇ ਫੜਾਂਗੇ, ਪਰਚਾ ਦਰਜ ਕਰਨ ਲੱਗੇ ਹਾਂ। ਪਰ ਅਸੀਂ ਇਸ 302 ਦਾ ਕਹਿੰਦੇ ਆ ਸਾਨੂੰ ਪਰਚਾ ਦਰਜ ਕਰਾਂਗੇ, ਪੁਲਿਸ ਸਾਡੇ ਨਾਲ ਇਸ ਟਾਈਮ ਕੋਆਪਰੇਟ ਕਰ ਰਹੀ ਹੈ। ਪਰ ਸਾਡੀ ਮੰਗ ਪੁਲਿਸ ਤੋਂ ਵੀ, ਸਰਕਾਰ ਤੋਂ ਵੀ ਇਹੀ ਮੰਗ ਆ, ਸਾਨੂੰ ਪਰਚਾ ਨਹੀਂ ਚਾਹੀਦਾ, ਸਾਨੂੰ ਬਰਾਬਰ ਲਾਸ਼ ਵੀ ਇੱਕ ਨਹੀਂ। ਪਤਾ ਨਹੀਂ ਅਸੀਂ ਸਮਾਜ ਸੇਵਾ ਸੈਡੀ ਰਿਸ਼ਵ ਮੁੱਗਾ ਨੂੰ ਕਿੰਨੀਆਂ ਕੁ ਡੈੱਡ ਬੋਡੀਆਂ ਚੱਕ ਚੁੱਕੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਸਰਿੰਜ ਬਾਂਹ 'ਚੋਂ ਮਿਲਦੀ ਹੈ, ਕੋਈ ਨਸ਼ੇ ਦਾ ਡੱਕਿਆ ਹੁੰਦਾ, ਕੋਈ ਕਿਵੇਂ ਡੱਕਿਆ ਹੁੰਦਾ। ਜਿਹੜੇ ਮਾਪੇ ਹੁੰਦੇ ਉਹ ਦੁਖੀ ਹੋ ਗਏ, ਮਤਲਬ ਸੈਂਟਰ 'ਚ ਬੱਚਾ ਛੱਡਦੇ ਆ, ਕਿਉਂਕਿ ਜਦੋਂ ਅਸੀਂ ਵੀ ਇੱਕ ਬੱਚਾ ਡਾਲੇ ਤੋਂ ਇੱਥੇ, ਮੈਂ ਵੀ ਉਹ ਤੋਂ ਭੇਜਿਆ ਸੀ ਛੱਡਿਆ, ਪਰ ਲੇਕਿਨ ਮੈਨੂੰ ਇਹ ਨਹੀਂ ਪਤਾ ਸੀ ਵੀ ਇੱਥੇ ਆਹ ਹਾਲਾਤ ਆ, ਕਿਉਂਕਿ ਉਹਦਾ ਗ੍ਰਾਹਕਾਰ ਮੈਂ ਵੀ ਆਪਦੇ ਆਪ ਨੂੰ ਮੰਨਦਾ, ਕਿਉਂਕਿ ਮੈਂ ਚੈੱਕ ਨਹੀਂ ਕੀਤਾ ਸੈਂਟਰ ਵੀ ਕਿਵੇਂ ਆ, ਕਿਉਂਕਿ ਚੈੱਕ ਤਾਂ ਨਹੀਂ ਕਰਦੇ ਬੰਦੇ, ਕਿਉਂਕਿ ਚੈੱਕ ਕਰਨ ਦੀ ਇੱਥੇ ਅਥਾਰਟੀ ਹੈ ਨਹੀਂ ਕਿਸੇ ਨੂੰ, ਨਾ ਕੋਈ NGO ਚੈੱਕ ਕਰ ਸਕਦੀ ਹੈ, ਨਾ ਕੋਈ ਕਰ ਸਕਦਾ। ਆਏ ਅਸੀਂ ਬਾਹਰੋਂ ਹੀ ਦਿਖਾਉਂਦੇ ਆ, ਬੰਦਾ ਅੰਦਰੋਂ ਨਹੀਂ ਦਿਖਾਉਂਦੇ ਵੀ ਕੀ ਇਹ ਕਰਦੇ ਆ। ਅੱਜ ਕੀ ਘਟਨਾ ਹੋਈ ਹੈ? ਅੱਜ ਇੱਥੇ ਇੱਕ ਵਿਅਕਤੀ ਦੀ ਮੌਤ ਹੋਈ ਹੈ। ਹਾਂਜੀ ਹਾਂਜੀ, ਉਹ ਕਿਉਂਕਿ ਜਗਰਾਉਂ ਦਾ ਬੰਦਾ ਜਿਹਦੀ ਮੌਤ ਹੋਈ ਹੈ, ਉਹ ਇਸ ਕਰਕੇ ਮੌਤ ਹੋਈ ਹੈ ਵੀ ਇਹਨਾਂ ਨੇ ਕੁੱਟਿਆ ਅਤੇ ਮਾਰਿਆ ਜਿਹੜੇ ਅੰਦਰ ਬੰਦੇ ਹੈ। ਮੇਰਾ ਖਿਆਲ 20-25 ਮੁੰਡੇ ਹਲੇ ਵੀ ਹੋਰ ਵੀ ਅੰਦਰ ਹੈਗੇ ਆ, ਜਿਹੜੇ ਕਿ ਅੰਦਰ ਹੈਗੇ ਆ, ਅਸੀਂ ਵੀ ਉਹ ਮੁੰਡਾ ਬੇਟਾ ਅੱਜ ਲੈ ਕੇ ਜਾਣਾ। ਦੇਖੋ ਜੀ, ਮੈਂ ਇਹ ਤਾਂ ਬੇਨਤੀ ਕਰਨੀ ਚਾਹੂੰਗਾ ਵੀ ਇਹਦਾ ਸੈਂਟਰ ਦਾ ਮੋਗੇ ਜ਼ਿਲ੍ਹੇ ਦੇ ਨੇੜੇ ਹੈ ਸੈਂਟਰ, ਮੇਰਾ ਖਿਆਲ ਬਹੁਤ ਘੱਟ ਪੱਤਰਕਾਰ ਵੀ ਖੜ੍ਹੇ ਆ, ਅਸੀਂ ਵੀ ਸੁਸਾਇਟੀ ਵਾਲੇ ਹਾਂ, ਮੈਨੂੰ ਵੀ ਥੋੜ੍ਹੇ ਦਿਨ ਪਹਿਲਾਂ ਹੀ 15 ਕੁ ਦਿਨ ਪਹਿਲਾਂ ਹੀ ਪਤਾ ਲੱਗਿਆ ਵੀ ਇੱਥੇ ਸੈਂਟਰ ਚੱਲਦਾ, ਕਿਉਂਕਿ ਜਿਹੜੇ ਅਨਲੀਗਲ ਸੈਂਟਰ ਆ ਉਹਨਾਂ ਦਾ ਕਿਸੇ ਨੂੰ ਪਤਾ ਹੀ ਨਹੀਂ ਵੀ ਕਿੱਥੇ ਚੱਲਦੇ ਆ, ਉਹ ਸੌਦੇਬਾਜ਼ੀ ਕਰਦੇ ਆ। ਇੱਥੇ ਇੱਕ ਬੀਬੀ ਖੜ੍ਹੀ ਹੈ, ਉਹ ਵਿਚਾਰੀ ਮੇਰਾ ਖਿਆਲ ਭਾਂਡੇ ਮਾਂਜ ਕੇ ਗੁਜ਼ਾਰਾ ਕਰਦੀ, ਉਹ ਤੋਂ 9,000 ਰੁਪਈਆ ਉਹਦੇ ਬੱਚੇ ਦਾ ਕੋਈ ਹੋਰ ਭਰ ਰਿਹਾ, ਜਿਹੜਾ ਅਸੀਂ ਬੱਚਾ ਛੱਡ ਕੇ ਗਏ ਹਾਂ, ਉਹ ਵੀ ਲੋੜਵੰਦ ਪਰਿਵਾਰ ਦਾ ਬੱਚਾ, ਉਹਦੇ ਵੀ ਪੈਸੇ ਕੋਈ ਬੰਦਾ ਹੋਰ ਭਰ ਰਿਹਾ ਵੀ ਯਾਰ ਇਹ ਬੱਚਾ ਸੁਧਰ ਜੇ। ਪਰ ਲੇਕਿਨ ਇਹ ਸਰਕਾਰ ਨੂੰ ਤਾਂ ਮੈਂ ਬੇਨਤੀ ਕਰਨੀ ਚਾਹੂੰਗਾ ਵੀ ਜਿਹੜੇ ਅਨਲੀਗਲ ਸੈਂਟਰ ਚੱਲਦੇ ਆ ਇਹਨਾਂ 'ਤੇ ਨਕੇਲ ਪ੍ਰਸ਼ਾਸਨ ਨੂੰ ਜ਼ਰੂਰ ਕੱਸਣੀ ਚਾਹੀਦੀ ਹੈ, ਕਿਉਂਕਿ ਇੱਕ ਹੋਰ ਮੈਂ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੂੰਗਾ ਤੁਹਾਡੇ ਚੈਨਲ ਦੇ ਰਾਹੀਂ, ਕਿਉਂਕਿ ਜਿਹੜੇ ਕਿ ਤਕਰੀਬਨ ਬੰਦੇ ਆ ਇਹ ਜਿਹੜਾ ਲਾਇਸੈਂਸ ਦਿੰਦੇ ਆ ਉਸ ਬੰਦੇ ਨੂੰ ਦਿੰਦੇ ਆ ਜਿਹੜਾ ਕਿ ਨਸ਼ਾ ਕਰ ਛੱਡ ਕੇ ਆਇਆ। ਦੇਖੋ, ਜਿਹੜਾ ਬੰਦਾ ਛੱਡ ਕੇ ਆਇਆ, ਮੈਂ ਇਹ ਨਹੀਂ ਕਹਿੰਦਾ ਵੀ ਉਹਨਾਂ ਨੂੰ ਕੁੱਟਮਾਰ ਕਰੋ, ਪਰ ਉਹਨਾਂ ਨੂੰ ਪਿਆਰ ਨਾਲ ਸਮਝਾਓ ਵੀ ਇਹ ਬੰਦੇ ਨਸ਼ਾ ਛੱਡ ਜਾਣ।
ਅੱਜ ਸਵੇਰੇ ਸਾਨੂੰ 112 ਤੋਂ ਕੰਪਲੇਂਟ ਮਿਲੀ ਸੀ ਪਿੰਡ ਚੀਮਾ ਦੇ ਵਿੱਚ ਇੱਕ ਆਸ ਦੀ ਕਿਰਨ ਫਾਊਂਡੇਸ਼ਨ ਦੇ ਨਾਂ ਦੇ ਨਸ਼ਾ ਛਡਾਓ ਕੇਂਦਰ ਇਲੀਗਲ ਚੱਲ ਰਿਹਾ ਸੀ। ਜਦੋਂ ਅਸੀਂ ਮੌਕੇ 'ਤੇ SHO ਵੀ ਆ ਗਏ, ਮੈਂ ਵੀ ਮੌਕੇ 'ਤੇ ਆ ਕੇ ਦੇਖਿਆ ਅਤੇ ਇੱਕ ਡੈੱਡ ਬੋਡੀ ਸੀ ਇੱਥੇ। ਡੈੱਡ ਬੋਡੀ ਸੀ ਚੈੱਕ ਕਰਕੇ ਫਰਦਰ ਅਸੀਂ FIR ਦਰਜ ਕਰਕੇ ਜਿਹੜੇ ਵੀ ਇਹਦੇ ਵਿੱਚ ਦੋਸ਼ੀ ਨੇ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ। ਸਰ ਪਤਾ ਲੱਗ ਸਕੇ ਕਿ ਮੌਤ ਕਿੱਦਾਂ ਹੋਈ, ਕੋਈ ਪਰਿਵਾਰ ਜਿਹੜਾ ਇਲਜ਼ਾਮ ਲਗਾ ਰਿਹਾ ਵੀ ਸੈਂਟਰ ਵਾਲਿਆਂ ਨੇ ਕੁੱਟ-ਕੁੱਟ ਮਾਰਤਾ? ਹਾਂਜੀ, ਇਹ ਅਸੀਂ ਵੈਰੀਫਾਈ ਕਰ ਰਹੇ ਹਾਂ, FIR ਅਸੀਂ ਦਰਜ ਕਰ ਰਹੇ ਹਾਂ। ਜਿਹੜੇ ਦੋਸ਼ੀ ਇਹਦੇ ਵਿੱਚ ਹੈਗੇ ਉਹਨਾਂ 'ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਅਤੇ ਨਸ਼ਾ ਛਡਾਓ ਕੇਂਦਰ ਦੇ ਵਿੱਚ ਬੋਲਦੀ ਹੈਗੇ ਨੌਜਵਾਨ? ਹਾਂਜੀ, ਉਹਦੇ ਵਿੱਚ ਹੈਗੇ ਨੇ, ਉਹ ਵੀ ਅਸੀਂ SDM ਸਾਹਿਬ ਨੂੰ ਨੋਟ ਕਰਾ ਦਿੱਤਾ, ਉਹ ਵੀ ਆ ਰਹੇ ਨੇ ਮੌਕੇ 'ਤੇ। ਅਤੇ ਬਾਕੀ ਇਹਨਾਂ ਦੇ ਜਿਹੜਾ ਵੀ ਆਪਣਾ ਲੀਗਲ ਆਪਣਾ ਸੈਂਟਰ ਹੈਗਾ ਉੱਥੇ ਉਹਨਾਂ ਨੂੰ ਭੇਜ ਕੇ ਮੈਡੀਕਲ ਟੀਮਾਂ ਵੀ ਆ ਰਹੀਆਂ, ਬਾਕੀ ਫਰਦਰ ਅਸੀਂ ਕਾਰਵਾਈ ਕਰਾਂਗੇ। ਜਿਹੜੇ ਉਹ ਨੌਜਵਾਨ ਹੈਗੇ ਉਹ ਬਿਲਕੁਲ ਠੀਕ ਠਾਕ ਹੈ? ਹਾਂਜੀ, ਉਹ ਠੀਕ ਠਾਕ ਨੇ। ਸਰ ਪਤਾ ਲੱਗ ਸਕਿਆ ਵੀ ਨੌਜਵਾਨ ਜਿਹੜਾ ਸੀ ਕਿੱਥੋਂ ਦਾ ਰਹਿਣ ਵਾਲਾ ਸੀਗਾ ਅਤੇ ਕਦੋਂ ਇੱਥੇ ਐਡਮਿਟ ਕੀਤਾ ਸੀ? ਇਹ 12-11 ਨੂੰ ਇੱਥੇ ਐਡਮਿਟ ਕਰਵਾਇਆ ਸੀ ਇਹਨਾਂ ਨੇ, ਅਤੇ ਇਹਦਾ ਨਾਂ ਕਰਮਜੀਤ ਸਿੰਘ ਜਗਰਾਉਂ ਦਾ ਰਹਿਣ ਵਾਲਾ। ਤੁਹਾਡੇ ਵੱਲੋਂ ਕੀ ਕਾਰਵਾਈ?